ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ ਕੰਚਨ, ਵਾਈਫ ਆਫ ਰਜਿੰਦਰ। ਇਹ ਮੁਕੇਰੀਆਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਜੀ 10 ਸਾਲ ਹੋ ਚੁੱਕੇ ਸੀ, ਬਟ ਇਹਨਾਂ ਦੇ ਕੋਈ ਵੀ ਔਲਾਦ ਨਹੀਂ ਸੀ। ਇਹਨਾਂ ਨੇ ਕਾਫੀ ਜਗ੍ਹਾ ਤੋਂ ਬੱਚੇ ਦਾ ਟ੍ਰੀਟਮੈਂਟ ਲਿਆ, ਦਿੱਲੀ RR ਹਸਪੀਟਲ ਤੋਂ ਵੀ ਇਹਨਾਂ ਨੇ ਟ੍ਰੀਟਮੈਂਟ ਲਿਆ ਕਾਫੀ ਟਾਈਮ, ਬਟ ਇਹਨਾਂ ਨੂੰ ਉੱਥੋਂ ਕੋਈ ਬੱਚੇ ਦੀ ਸਫਲਤਾ ਨਹੀਂ ਮਿਲੀ। ਹੋਰ ਵੀ ਕਾਫੀ ਨਿੱਕੀਆਂ ਮੋਟੀਆਂ ਜਗ੍ਹਾ ਤੋਂ ਇਹਨਾਂ ਨੇ ਦਵਾਈਆਂ ਖਾਧੀਆਂ, ਪਰ ਕਿਤੋਂ ਵੀ ਇਹਨਾਂ ਨੂੰ ਸਫਲਤਾ ਨਹੀਂ ਮਿਲੀ। ਤੇ ਇਹ ਉਹਨਾਂ ਦੇ ਹਸਪਤਾਲ ਆਏ, ਇੱਥੋਂ ਆ ਕੇ ਇਹਨਾਂ ਦਾ ਇਲਾਜ ਸ਼ੁਰੂ ਹੋਇਆ। ਬਹੁਤ ਹੀ ਵਧੀਆ ਢੰਗ ਨਾਲ ਇਹਨਾਂ ਦਾ ਇਲਾਜ ਹੋਇਆ ਤੇ ਟੈਸਟ ਟਿਊਬ ਬੇਬੀ ਵਿਧੀ ਦੁਆਰਾ ਇਹਨਾਂ ਦਾ ਜੋ ਹੈ ਟ੍ਰੀਟਮੈਂਟ ਚਾਲੂ ਹੋਇਆ ਇੱਥੇ। ਤੇ ਟ੍ਰੀਟਮੈਂਟ ਦੇ 3-4 ਮਹੀਨੇ ਦੇ ਅੰਦਰ ਹੀ ਜਿਹੜੀ ਇਹਨਾਂ ਦੀ ਬੱਚੇ ਦੀ ਰਿਪੋਰਟ ਹੈ ਉਹ ਪੋਜ਼ਿਟਿਵ ਆ ਗਈ ਸੀ, ਤੇ ਹੁਣ ਇਹਨਾਂ ਨੂੰ 6ਵਾਂ ਮਹੀਨਾ ਲੱਗਿਆ ਹੋਇਆ। ਬੱਚਾ ਤੇ ਉਹਨਾਂ ਦੀ ਮਾਂ ਬਿਲਕੁਲ ਠੀਕ ਨੇ। ਇਹ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਡਾਕਟਰ ਸੁਮੀਤਾ ਸੋਫਤ ਦਾ ਅਤੇ ਉਹਨਾਂ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।